ਹਾਂਜੀ ਦੋਸਤੋ, ਆਪਾਂ ਇੱਥੇ ਪਹੁੰਚ ਚੁੱਕੇ ਹਾਂ ਜਿਹੜੀ ਲੋਕੇਸ਼ਨ 'ਤੇ ਅਸੀਂ ਆਉਣਾ ਸੀਗਾ। ਇਹ ਇੱਕ ਪਹਾੜੀ ਆ, ਇਹਦਾ ਨਾਮ ਹੈਗਾ ਡੋਇਸ ਥੇਪ। ਇੱਥੇ ਬੁੱਧੀਜ਼ਮ ਟੈਂਪਲ ਵੀ ਆ ਉੱਪਰ ਆ। ਅਤੇ ਉਹ ਬੱਸਾਂ ਦੇਖੋ ਬੜੀਆਂ ਜ਼ਬਰਦਸਤ ਬੱਸਾਂ, ਇਹਨਾਂ ਦੀਆਂ ਡਬਲ ਡੈਕਰ ਬੱਸਾਂ ਆ। ਜਿੱਦਾਂ ਤੁਸੀਂ ਆਏ ਗੱਡੀ 'ਚ ਬੈਠੋਗੇ ਨਾ, ਆ ਤੁਹਾਨੂੰ ਸਨੈਕ ਦਿੰਦੇ ਆ, ਜਿੱਦਾਂ ਕਿ ਇੱਕ ਪਾਣੀ ਦੀ ਬੋਤਲ ਹੋ ਗਈ, ਅਤੇ ਇੱਕ ਬਿਸਕਿਟ ਦੇ ਹੋ ਗਿਆ ਖਾਣ ਵਾਸਤੇ, ਅਤੇ ਇੱਕ ਜੂਸ ਦਿੰਦੇ ਆ। ਠੀਕ ਆ ਭਾਅ ਜੀ, ਉਹਨਾਂ ਨੂੰ ਫਿਰ ਕਹਿੰਦੇ ਬਾਏ ਬਾਏ। ਹਾਂਜੀ ਦੋਸਤੋ, ਆਪਾਂ ਇੱਥੇ ਪਹੁੰਚ ਚੁੱਕੇ ਹਾਂ ਜਿਹੜੀ ਲੋਕੇਸ਼ਨ 'ਤੇ ਅਸੀਂ ਆਉਣਾ ਸੀਗਾ। ਇਹ ਵੀ ਚੈਂਗ ਮਾਈ ਦੇ ਵਿੱਚ ਹੀ ਆ। ਇੱਕ ਘੰਟਾ ਲੱਗਾ ਸਾਨੂੰ ਆਉਣ ਲਈ, ਅਸੀਂ ਗ੍ਰੈਬ ਬੁੱਕ ਕੀਤੀ ਸੀ। ਇਹ ਇੱਕ ਪਹਾੜੀ ਆ, ਇਹਦਾ ਨਾਮ ਹੈਗਾ ਡੋਇਸ ਥੇਪ। ਦੋਸਤੋ, ਜਿਹੜਾ ਇਹ ਡੋਇਸ ਥੇਪ ਆ, ਇਹ ਚੈਂਗ ਮਾਈ ਦੇ ਜਿਹੜਾ ਹਾਈਐਸਟ ਨਾ ਮਤਲਬ ਪੁਆਇੰਟ ਆ, ਇਹ ਦੂਜੇ ਨੰਬਰ 'ਤੇ ਆ ਇਹ ਡੋਇਸ ਥੇਪ। ਪਹਿਲੇ ਨੰਬਰ 'ਤੇ ਹੈਗਾ ਡੋਏ ਪੁਆਈ, ਸਭ ਤੋਂ ਉੱਚੀ ਜਗ੍ਹਾ ਆ ਇਹ ਡੋਇਸ ਥੇਪ। ਅਤੇ ਇਹਦੀ ਉਚਾਈ ਸਮੁੰਦਰ ਤਲ ਤੋਂ ਹੈਗੀ ਆ 1676 ਮੀਟਰ। ਜਿਹੜਾ ਡੋਏ ਪੁਆਈ ਆ ਨਾ, ਉਹਦੀ ਉਚਾਈ ਹੈਗੀ 1685 ਮੀਟਰ। ਤਾਂ ਇਹ ਚੈਂਗ ਮਾਈ ਦਾ ਸਭ ਤੋਂ ਹਾਈਐਸਟ ਪੁਆਇੰਟ ਆ ਜਿੱਥੇ ਆਪਾਂ ਆਏ ਹਾਂ। ਅਤੇ ਮੇਰੀ ਵਾਈਫ ਨੇ ਦੱਸਿਆ ਇੱਥੇ ਬੁੱਧੀਜ਼ਮ ਟੈਂਪਲ ਵੀ ਆ ਉੱਪਰ ਆ, ਅਤੇ ਉਹਦੇ ਦੋ ਤਰੀਕੇ ਆ ਜਾਣ ਦੇ। ਇੱਕ ਤਾਂ ਲਿਫਟ ਵਾ ਜਿਹਦੇ ਲਈ ਤੁਹਾਨੂੰ ਪੇ ਕਰਨਾ ਪੈਣਾ, ਇੱਕ ਹੈਗਾ ਆਪਣੇ ਅੱਜ ਦਾ ਪੌੜੀਆਂ ਆ, ਪੌੜੀਆਂ 'ਤੇ ਫ੍ਰੀ ਆ, ਤੁਸੀਂ ਜਾ ਸਕਦੇ ਹਾਂ। ਅਤੇ ਮੇਰੀ ਵਾਈਫ ਨੇ ਦੱਸਿਆ ਕਿ ਇੱਥੋਂ ਚੈਂਗ ਮਾਈ ਸਿਟੀ ਦਾ ਪੂਰਾ ਵਿਊ ਵੀ ਦਿਸਦਾ ਆ, ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ। ਇੱਥੇ ਕਾਫੀ ਜ਼ਿਆਦਾ ਟਰੈਵਲਰਸ ਆਉਂਦੇ ਆ, ਵਿਜ਼ਿਟ ਕਰਦੇ ਆ, ਅਤੇ ਹੁਣ ਅਸੀਂ ਅੰਦਰ ਜਾ ਰਹੇ ਹਾਂ, ਮੈਂ ਤੁਹਾਨੂੰ ਦਿਖਾਉਂਦਾ ਹਾਂ। ਇੱਥੇ ਲੋਟਰੀਆਂ ਵੀ ਸੇਲ ਕਰਦੇ ਆ, ਦੇਖ ਲਓ ਕਿੰਨੀਆਂ ਜਾਣੇ ਲੋਟਰੀਆਂ ਸੇਲ ਕਰਦੇ ਆ ਇੱਥੇ। ਟਿਕਟਾਂ ਚੈੱਕ ਕਰਦੇ ਪਏ ਸਾਡੀਆਂ ਇੱਥੇ। ਆਫ ਆ ਪੀਪਲ ਅਲਾਈਨ ਲਓ ਜੀ ਦੋਸਤੋ, ਆਪਾਂ ਟਿਕਟਾਂ ਬਾਏ ਕਰ ਲਈਆਂ। ਇਹ ਕੇਬਲ ਕਾਰ ਆ ਜਿਹੜੀ, ਮਤਲਬ ਜਿਹੜੀ ਰਸਤੇ ਦੇ ਉੱਤੇ ਜਾਂਦੀ ਹੁੰਦੀ ਉਹੀ ਆ। ਅਤੇ ਫੋਰਨ ਪਰਸਨ ਦੇ ਲਈ ਇਹਦਾ ਪ੍ਰਾਈਸ ਹੈਗਾ 50 ਬਾਟ, ਅਤੇ ਜਿਹੜਾ ਥਾਈ ਪਰਸਨ ਆ ਉਹਦੇ ਲਈ 20 ਬਾਟ ਆ। ਇਹ ਰਿਟਰਨ ਟਿਕਟ ਆ, ਇਹ ਜਾ ਵੀ ਸਕਦੇ ਹਾਂ ਆ ਵੀ ਸਕਦੇ ਹਾਂ। ਦਿਸ ਇਜ਼ ਫੋਰ ਵਾਟ? ਅਤੇ ਮਿੱਤਰੋ, ਮੇਰੀ ਵਾਈਫ ਨੇ ਅਤੇ ਭਾਬੀ ਹੋਣੀ ਆ ਬੈਲ ਬਾਏ ਕੀਤੀ ਆ। ਇਹ ਕਹਿੰਦੇ ਉੱਪਰ ਟੈਂਪਲ 'ਚ ਇਹਦੇ ਉੱਥੇ ਚੜ੍ਹਾਉਣੀ ਆ, ਅਤੇ ਇਹਦੇ ਉੱਤੇ ਮੇਰਾ ਨਾਂ ਅਤੇ ਭਾਈ ਦਾ ਨਾਮ ਲਿਖਿਆ। ਕਹਿੰਦੇ ਜਿੱਦਾਂ ਜਿੱਦਾਂ ਬੈਲ ਵੱਜੂਗੀ ਉੱਦਾਂ ਉੱਦਾਂ ਤੁਹਾਡੇ ਸਬਸਕ੍ਰਾਈਬਰ ਵਧਣੇ। ਸਹੀ ਗੱਲ, ਕਹਿੰਦਾ ਜਿੱਦਾਂ ਜਿੱਦਾਂ ਬੈਲ ਵੱਜਣੀ ਆ ਉੱਦਾਂ ਉੱਦਾਂ ਤੁਹਾਡੇ ਸਬਸਕ੍ਰਾਈਬਰ ਉੱਦਾਂ ਉੱਦਾਂ ਤੁਸੀਂ ਤਰੱਕੀਆਂ ਕਰਨੀ, ਉੱਦਾਂ ਉੱਦਾਂ ਲਾਈਕ ਲਾਉਣੇ ਆ। ਤੋ ਇਸ ਲਈ ਤੁਸੀਂ ਕਰਦੇ ਹੋ ਸਬਸਕ੍ਰਾਈਬ। ਲਓ ਵੀ ਮਿੱਤਰੋ, ਹੁਣ ਆਪਾਂ ਅੰਦਰ ਜਾ ਰਹੇ ਹਾਂ। ਇੱਥੋਂ ਜਾਣ ਦਾ ਰਸਤਾ ਲਿਫਟ 'ਤੇ। ਲਓ ਜੀ, ਆਪਾਂ ਹੁਣ ਲਿਫਟ ਜਾ ਗਏ ਹਾਂ, ਲਿਫਟ ਉੱਪਰ ਜਾ ਰਹੀ ਹੈ। ਮਿੱਤਰੋ, ਆਪਾਂ ਇੱਥੇ ਪਹੁੰਚ ਗਏ ਹਾਂ, ਅਤੇ ਅਗਰ ਤੁਸੀਂ ਸਟੈਪ ਦੇ ਰਾਹੀਂ ਆਉਂਦੇ ਹਾਂ ਤਾਂ 300+ ਪੌੜੀਆਂ ਹੈਗਾ। ਅਤੇ ਮਿੱਤਰੋ, ਆਹ ਜਿਹੜਾ ਰਸਤਾ ਆ ਉਹ ਜਿਹੜਾ ਥੱਲੇ ਆਉਂਦਾ, ਅੱਛਾ ਐਵੇਂ ਤਾਂ ਫਾਲ ਨੇ ਨਾ ਉਹ ਭਾਅ ਜੀ, ਉਹ ਤਾਂ ਹੈ ਸਾਹਮਣੇ। ਅੱਛਾ, ਐਡਮਿਸ਼ਨ ਫੀਸ ਵੀ ਹੈ ਇੱਥੇ, ਅਤੇ 30 ਬਾਟ 30 ਬਾਟ ਦੀ ਐਡਮਿਸ਼ਨ ਫੀਸ ਆ। ਵੀ ਹੈਵ ਟੂ ਬਾਏ ਟਿਕਟਸ। ਓ ਓ ਓ, ਦਾ ਬਿਗ ਵਨ। ਓਕੇ ਮਿੱਤਰੋ, ਜਿਹੜੀ ਆਹ ਟਿਕਟ ਲਈ ਸੀਗੀ ਇਹ ਇੱਥੇ ਆਪਾਂ ਦੇਣੀ ਆ ਉਹ।
ਓਕੇ ਸ਼ਬਜੀ ਸਾਹਿਬ, ਲਓ ਜੀ ਆਪਾਂ ਪਹੁੰਚ ਗਏ ਹਾਂ। ਭਾਅ ਜੀ ਕਿੱਦਾਂ ਲੱਗਦਾ ਪਿਆ? ਵਧੀਆ ਹੈ ਨਾ? ਬਹੁਤ ਸੋਹਣਾ, ਬਹੁਤ ਹੀ ਵਧੀਆ। ਅਤੇ ਦੋਸਤੋ ਆਹ ਲਓ ਜੀ, ਆਹ ਹੈਗਾ ਪੂਰੀ ਚੰਗਮਾਈ ਸਿਟੀ ਦਾ ਵਿਊ। ਉਹ ਤੇਰੀ ਨੂੰ ਉਹ ਏਅਰਪੋਰਟ? ਅੱਛਾ, ਅਤੇ ਮਿੱਤਰੋ ਆਹ ਏਅਰਪੋਰਟ ਆ, ਆਹ ਲਓ ਜੀ ਚੰਗਮਾਈ ਦਾ ਏਅਰਪੋਰਟ ਆ। ਦੇਖੋ ਪਲੇਨ ਇੱਥੇ ਕਿਤੇ ਆ, ਉਹਦੇ ਇੱਥੇ ਕਿਤੇ ਆ, ਹਾਂ ਉਹਦੇ ਇਹ ਪਲੇਨ ਧਰਿਆ ਸ਼ਾਇਦ, ਮੈਨੂੰ ਲੱਗਦਾ ਕੱਲ੍ਹ ਨੂੰ ਸਾਡੀ ਇੱਥੋਂ ਫਲਾਈਟ ਆ। ਆਹ ਜੀ ਚੰਗਮਾਈ ਸਿਟੀ ਦਾ ਵਿਊ, ਮਾਈ ਗਾਡ ਕਿੰਨਾ ਸੋਹਣਾ ਆ, ਬਹੁਤ ਹੀ ਜ਼ਿਆਦਾ ਸੋਹਣਾ ਆ, ਬਹੁਤ ਹੀ ਵਧੀਆ ਵਿਊ ਪੁਆਇੰਟ ਆ, ਪੂਰੀ ਚੰਗਮਾਈ ਸਿਟੀ ਦਿਖਦੀ ਆ ਇੱਥੋਂ, ਬਹੁਤ ਹੀ ਜ਼ਿਆਦਾ ਸੋਹਣਾ। ਏਅਰਪੋਰਟ ਵੀ ਦਿਖ ਰਿਹਾ ਚੰਗਮਾਈ ਦਾ, ਇੱਦਾਂ ਦੀਆਂ ਲੋਕੇਸ਼ਨਾਂ 'ਤੇ ਵਿਜ਼ਿਟ ਕਰਨਾ ਚਾਹੀਦਾ ਆ। ਕਿੱਦਾਂ ਦਾ ਲੱਗਾ ਭਾਅ ਜੀ ਵਿਊ? ਹੋਰ ਕੀ, ਉਹ ਵੀ ਆ ਭਾਅ ਜੀ, ਉਹ ਦੇ ਉਹ ਜ਼ਿਆਦਾ ਸੋਹਣੀ ਲੱਗਦੀ ਲੋਕੇਸ਼ਨ। ਹਾਂ ਉਸ ਸਾਈਡ 'ਤੇ ਜਾਂਦੇ, ਉੱਧਰ ਵੀ ਚੱਲਦੇ, ਵੀ ਹੈਵ ਟੂ ਗੋ ਆਓ ਦਿਸ ਵੇ ਕੈਨ ਗੋ। ਉੱਧਰੋਂ ਕੁਛ ਕੁ ਪ੍ਰੀਕੋਸ਼ਨਸ ਆ ਇੱਥੇ, ਤੁਸੀਂ ਇੱਦਾਂ ਦੇ ਕੱਪੜੇ ਸ਼ੋਰਟ ਕੱਪੜੇ ਪਾ ਕੇ ਨਹੀਂ ਆ ਸਕਦੇ, ਤਾਂ ਇਹ ਗੱਲ ਤੁਸੀਂ ਧਿਆਨ 'ਚ ਰੱਖਣਾ। ਧੱਕੇ ਲਾ ਮੋਮ ਆ। ਅਤੇ ਮਿੱਤਰੋ ਆਹ ਕੋਈ ਜਾਨਵਰ ਆ, ਇਹਦਾ ਨਾਮ ਮੋਮ ਆ, ਮੋਮ। ਅਤੇ ਆਪਾਂ ਆਏ ਹਾਂ ਇੱਥੇ ਡੋਇਸ ਉੱਥੇ, ਆਹ ਦੇਖੋ ਉੱਥੇ ਲਿਖਿਆ ਵੀ ਹੋਇਆ ਡੋਇਸ 'ਤੇ, ਫੋਟੋ ਵਗੈਰਾ ਖਿੱਚ ਸਕਦੇ ਹਾਂ। ਹੁਣ ਇੱਕ ਹੋਰ ਪੁਆਇੰਟ ਆ ਜਿੱਥੇ ਤੁਹਾਨੂੰ ਲੈ ਕੇ ਜਾਂਦੇ ਹਾਂ, ਉਹ ਬਹੁਤ ਹੀ ਵਧੀਆ ਲੋਕੇਸ਼ਨ ਆ ਜਿੱਥੋਂ ਪੂਰਾ ਸਿਟੀ ਦਾ ਵਿਊ ਹੋਰ ਵੀ ਵਧੀਆ ਦਿਖਦਾ ਆ। ਮਤਲਬ ਇੱਧਰਲੀ ਸਾਈਡ ਉਹਨਾਂ ਨੇ ਵਾਟਰਫਾਲ ਵੀ ਬਣਾਇਆ, ਇਹਦੇ ਵਿੱਚ ਮੱਛੀਆਂ ਵੀ ਆ ਦੇਖੋ, ਕਿੰਨੀਆਂ ਵੱਡੀਆਂ ਮੱਛੀਆਂ, ਮੱਛੀਆਂ ਕਿੰਨੀ ਚਿੱਟੀਆਂ ਨੇ। ਹਾਂਜੀ, ਬਹੁਤ ਹੀ ਵਧੀਆ, ਬਹੁਤ ਹੀ ਸੋਹਣਾ ਵਿਊ ਪੁਆਇੰਟ ਆ। ਜ਼ਿੰਦਗੀ ਵਿੱਚ ਫਸਟ ਟਾਈਮ ਇੱਦਾਂ ਦਾ ਵਿਊ ਪੁਆਇੰਟ ਮੈਂ ਦੇਖਿਆ, ਅਤੇ ਤੁਹਾਨੂੰ ਏਅਰਪੋਰਟ ਦਾ ਨਜ਼ਾਰਾ ਵੀ ਦੇਖੂਗਾ। ਆਹ ਏਅਰਪੋਰਟ ਆ, ਉਹ ਦੇਖੋ ਪਲੇਨ ਜਿਹੜਾ ਹੈ ਨਾ, ਉਹ ਦੇਖੋ ਪਲੇਨ ਚੜ੍ਹਦਾ ਪਿਆ, ਟੇਕ ਆਫ ਕਰਦਾ ਪਿਆ ਪਲੇਨ, ਇੱਥੇ ਕਿਤੇ ਆ। ਇਹਦੇ ਵਿੱਚ ਮੈਂ ਛੋਟੀ ਸਕਰੀਨ ਆ, ਪਤਾ ਨਹੀਂ ਲੱਗਦਾ। ਹਾਂਜੀ ਦੋਸਤੋ, ਕਿੱਦਾਂ ਦਾ ਵਿਊ ਲੱਗਾ ਤੁਹਾਨੂੰ, ਤੁਸੀਂ ਜ਼ਰੂਰ ਦੱਸਣਾ ਕਮੈਂਟ ਕਰਕੇ, ਆਪਣੇ ਪਿਆਰੇ ਪਿਆਰੇ ਕਮੈਂਟ ਕਰਕੇ ਜ਼ਰੂਰ ਦੱਸਣਾ। ਤੁਸੀਂ ਜਦੋਂ ਵੀ ਕਿਤੇ ਆਉਂਦੇ ਆ ਚੰਗਮਾਈ, ਤਾਂ ਇੱਥੇ ਜ਼ਰੂਰ ਵਿਜ਼ਿਟ ਕਰਨਾ। ਡੋਇਸ ਉਥੇਪ ਨਾਮ ਆ ਇਹ ਪਹਾੜੀ ਦਾ। ਫਲਾਈਟ ਉੱਡਦੀ ਦੇਖ ਕੇ ਇੱਦਾਂ ਲੱਗਾ ਕਿ ਕੱਲ੍ਹ ਨੂੰ ਅਸੀਂ ਵੀ ਇੱਥੇ ਹੀ ਉੱਡਣਾ ਆ। ਬਹੁਤ ਹੀ ਜ਼ਿਆਦਾ ਵਧੀਆ, ਬਹੁਤ ਹੀ ਜ਼ਿਆਦਾ ਟਰੈਵਲਰ ਇੱਥੇ ਵਿਜ਼ਿਟ ਕਰਨ ਆਉਂਦੇ ਆ। ਅਗਰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਮੇਰੇ ਕੋਲ ਪੁੱਛ ਸਕਦੇ ਆ, ਮੈਂ ਇੱਥੇ ਕਿੱਦਾਂ ਆਇਆ। ਅਸੀਂ ਗ੍ਰੈਬ ਬੁੱਕ ਕੀਤੀ ਸੀ, ਤੁਸੀਂ ਟੈਕਸੀ ਵਗੈਰਾ ਬੁੱਕ ਕਰਕੇ ਆ ਸਕਦੇ ਆ, ਅਤੇ ਇੱਕ ਇੱਥੇ ਉਹ ਆਪਣੇ ਟੈਕਸੀ ਨਹੀਂ ਕਹਿ ਸਕਦੇ, ਉਹ ਜਿੱਦਾਂ ਭੂੰਡੀਆਂ ਟਾਈਪ ਹੁੰਦੀਆਂ, ਉਹ ਆਪਣੇ ਆਟੋ ਟਾਈਪ ਹੁੰਦੀਆਂ, ਪਰ ਉਹ ਥੋੜ੍ਹੀਆਂ ਵੱਡੀਆਂ ਹੁੰਦੀਆਂ, ਉਹ ਚੱਲਦੀਆਂ ਆ, ਅਤੇ ਉਹ ਵੀ ਉਹਨਾਂ ਤੋਂ ਵੀ ਪੁੱਛ ਸਕਦੇ ਆ ਨਾ ਤੁਸੀਂ। ਅਤੇ ਬਾਕੀ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਆ, ਤੁਸੀਂ ਰੈਂਟ 'ਤੇ ਮੋਟਰ ਬਾਈਕ ਲੈ ਲਓ, 250-300 ਤੱਕ ਤੁਹਾਨੂੰ ਮੋਟਰਸਾਈਕਲ ਰੈਂਟ 'ਤੇ ਮਿਲ ਜਾਂਦੀ ਆ, ਅਤੇ ਤੁਸੀਂ ਪੂਰਾ ਚੰਗਮਾਈ ਸਿਟੀ ਐਕਸਪਲੋਰ ਕਰ ਸਕਦੇ ਆ।
ਅਤੇ ਇੱਥੇ ਤੁਸੀਂ ਘੰਟਾ ਆਰਾਮ ਨਾਲ ਬਿਤਾ ਕੇ ਫਿਰ ਅੱਗੇ ਕਿਤੇ ਹੋਰ ਲੋਕੇਸ਼ਨ 'ਤੇ ਘੁੰਮ ਸਕਦੇ ਹਾਂ ਨਾ। ਫੋਟੋ ਵਗੈਰਾ ਉੱਥੇ ਖਿੱਚ ਲਈਆਂ ਅਤੇ ਹੁਣ ਅਸੀਂ ਅੰਦਰ ਮੰਦਰ 'ਤੇ ਚੱਲੇ ਹਾਂ ਅਤੇ ਉਹ ਮੇਰੀ ਵਾਈਫ ਨੇ ਜਿਹੜੀ ਉਹ ਬੈੱਲ ਲਈ ਸੀ ਨਾ, ਬੈੱਲ ਵੀ ਉੱਥੇ ਚੜ੍ਹਾਉਣੀ ਆ ਅਤੇ ਮੱਥਾ ਵੀ ਟੇਕਣਾ ਨਾ। ਅਸੀਂ ਖਾ ਅਤੇ ਆਹ ਫੋਟੋ ਵਗੈਰਾ ਕਹਿੰਦੇ ਤੁਸੀਂ ਖਿਚਾਉਣੀਆਂ ਤਾਂ ਖਿਚਾ ਸਕਦੇ ਹਾਂ ਫੋਟੋ, ਹੈ ਨਾ, ਅਤੇ ਪ੍ਰਿੰਟ ਕਰਕੇ ਦਿਓਗੇ ਫੋਟੋ। ਮਿੱਤਰੋ ਆਹ ਕੈਂਡਲਸ ਆ ਅਤੇ ਆਹ ਫਲਾਵਰਸ ਆ ਅਤੇ ਆਪਾਂ ਉੱਥੋਂ ਲਿਆ ਆ ਇਹ, ਅਤੇ ਜਿੰਨੀ ਵੀ ਤੁਹਾਡੀ ਸ਼ਰਧਾ ਉਹਦੇ ਵਿੱਚ ਪੈਸੇ ਪਾ ਸਕਦੇ ਹੋ ਤੁਸੀਂ, ਹੈ ਨਾ, ਕੋਈ ਵੀ ਇੱਦਾਂ ਨਹੀਂ ਹੈਗਾ ਕਿ ਤੁਹਾਨੂੰ ਫਿਕਸ ਅਮਾਊਂਟ ਦੇਣੀ ਪੈਣੀ, ਜਿੰਨੀ ਵੀ ਸ਼ਰਧਾ ਤੁਸੀਂ ਫਲਾਵਰ ਅਤੇ ਆਹ ਕੈਂਡਲਸ ਲੈ ਸਕਦੇ ਹੋ। ਨਮੋ ਤਸਾ ਪੱਖਵਾਤੋ ਅਲਹਤੋ ਸਾਮਾ ਸੰਪਤਸਾ, ਨਮੋ ਤਸਾ ਪੱਖਵਾਤੋ ਅਲਹਤੋ ਸਾਮਾ ਸੰਪਤਸਾ, ਨਮੋ ਤਸਾ ਪੱਖਵਾਤੋ ਅਲਹਤੋ ਸਾਮਾ ਸੰਪਤਸਾ। ਸਾਧੂ ਕਿੱਥੇ ਨੂੰ ਲੈ ਲਓ ਭਾਜੀ, ਹੱਥ ਲਾਓ ਮੈਨੂੰ। ਹਾਂਜੀ ਦੋਸਤੋ, ਅਤੇ ਆਪਾਂ ਮੱਥਾ ਟੇਕਿਆ ਅੰਦਰ। ਸਭ ਤੋਂ ਪਹਿਲਾਂ ਤਾਂ ਮੰਦਰ ਦੇ ਨਾ 3 ਰਾਊਂਡ ਇੱਦਾਂ ਲਾਉਣੇ ਪੈਂਦੇ ਆ। ਵਾਈਫ ਮੇਰੀ ਬੁੱਧੀ ਸੀ ਮਨ, ਤਾਂ ਫਿਰ ਉਹਨੇ ਮੈਨੂੰ ਇੱਦਾਂ ਇੱਦਾਂ ਦੱਸਿਆ। 3 ਰਾਊਂਡ ਲਾਉਣ ਤੋਂ ਬਾਅਦ ਫਿਰ ਸਾਡੇ ਕੋਲ ਇੱਕ ਕੈਂਡਲ ਹੁੰਦੀ ਆ ਅਤੇ ਫਲਾਵਰ ਹੁੰਦੇ ਆ, ਅਤੇ ਉਹ ਬੁੱਧਾ ਜੀ ਮੋਹਰੇ ਫਲਾਵਰ ਰੱਖ ਕੇ ਅਤੇ ਕੈਂਡਲ ਲਗਾ ਕੇ ਅਤੇ ਉੱਥੇ ਰੱਖ ਦੇਣੀ ਹੁੰਦੀ ਆ, ਅਤੇ ਕੁਛ ਕੁ ਗੱਲਾਂ ਹੁੰਦੀਆਂ ਅਤੇ ਉਹ ਬੋਲਣੀਆਂ ਪੈਂਦੀਆਂ ਆ। ਉਹਨਾਂ ਨੇ ਲੈਟਰ ਜਿਹਾ ਵੀ ਉੱਥੇ ਰੱਖੇ ਹੁੰਦੇ ਆ ਅਤੇ ਉਹਦੇ ਉੱਤੇ ਸਾਰਾ ਕੁਛ ਲਿਖਿਆ ਹੁੰਦਾ ਵੀ ਜੇ ਤੁਹਾਨੂੰ ਗੱਲਾਂ ਨਹੀਂ ਆਉਂਦੀਆਂ ਤਾਂ ਤੁਸੀਂ ਉਹ ਦੇਖ ਕੇ ਬੋਲ ਕੇ ਪੜ੍ਹ ਸਕਦੇ ਆ। ਅਤੇ ਆਪਾਂ ਉੱਥੇ ਫੋਟੋਜ਼ ਵੀ ਕਰਵਾਈਆਂ, ਇੱਥੇ ਮਤਲਬ ਫੋਟੋਗ੍ਰਾਫਰ ਹੈਗੇ ਆ, ਉਹ ਫੋਟੋ ਵੀ ਸਾਡੀ ਖਿੱਚ ਕੇ ਦਿੰਦੇ ਆ, ਪ੍ਰਿੰਟ ਵੀ ਕਰਕੇ ਦਿੰਦੇ ਆ। ਅਤੇ ਹੁਣ ਅਸੀਂ ਥੱਲੇ ਜਾ ਰਹੇ ਹਾਂ, ਲਿਫਟ ਦੀ ਵੇਟ ਕਰ ਰਹੇ ਹਾਂ। ਇਹ ਸੀਗਾ ਡੋਇਸ, ਉੱਥੇ ਟੈਂਪਲ ਅਤੇ ਪਹਾੜੀ ਜਿਹੜਾ ਵਿਊ ਪੁਆਇੰਟ ਸੀਗਾ ਤੁਹਾਨੂੰ ਦਿਖਾਇਆ ਮੈਂ। ਲਓ ਜੀ, ਫੋਟੋ ਵੀ ਮਿਲ ਗਈ, ਦੇ ਦਿੱਤੀ ਉਹਨਾਂ ਨੇ ਪ੍ਰਿੰਟ ਕਰਕੇ ਫੋਟੋ। ਸੋ ਐਮ ਆਈ ਲਓ ਜੀ, ਆਹ ਫੋਟੋ ਦਾ 100 ਵਾਟ ਲਿਆ ਉਹਨਾਂ ਨੇ, 4-5 ਫੋਟੋਆਂ ਖਿੱਚੀਆਂ ਸੀ। ਕਹਿੰਦੇ ਸੀ ਜੇ ਤੁਸੀਂ ਫਾਈਲਾਂ ਲੈਣੀਆਂ ਤਾਂ 50 ਵਾਟ ਇੱਕ ਫੋਟੋ 'ਤੇ ਲੱਗਣੇ। ਚਲੋ ਠੀਕ ਆ, ਵਧੀਆ। ਅਤੇ ਹੁਣ ਫਿਰ ਚੱਲਦੇ ਹਾਂ ਇੱਥੋਂ। ਜਿਹੜੀ ਗ੍ਰੈਬ ਅਸੀਂ ਕੀਤੀ ਸੀਗੀ ਉਹ ਸਾਡਾ ਬੰਦਾ ਵੇਟ ਕਰਦਾ ਪਿਆ, ਕਹਿੰਦਾ ਮੈਂ ਵਾਪਸ ਜਾਣਾ, ਮੈਨੂੰ ਸਵਾਰੀ ਖਰੇ ਮੈਂਡੀ ਕਿ ਨਹੀਂ, ਤੁਸੀਂ ਕਿੰਨਾ ਟਾਈਮ ਲਾਉਣਾ, ਮੈਂ ਤੁਹਾਡੀ ਵੇਟ ਕਰ ਲੈਂਦਾ ਫਿਰ ਤੁਹਾਨੂੰ ਛੱਡ ਦੂੰਗਾ ਜਿੱਥੇ ਵੀ ਜਾਣਾ, ਹੈ ਨਾ। ਅਤੇ ਪਹਿਲਾਂ ਭਾਅ ਜੀ ਉਹਨਾਂ ਦਾ ਬੈਗ ਚੱਕਣਾ ਹੋਟਲ ਤੋਂ, ਅਤੇ ਹੋਟਲ ਤੋਂ ਫਿਰ ਜਾਣਾ ਟੰਗਮਾਏ ਬੱਸ ਸਟੇਸ਼ਨ 'ਤੇ, ਹੈ ਨਾ। ਫਿਰ ਅਸੀਂ ਆਪਣੇ ਹੋਟਲ 'ਚ ਜਾਵਾਂਗੇ ਅਤੇ ਰੈਸਟ ਕਰਾਂਗੇ। ਪਲੈਨ ਬਣਿਆ ਤਾਂ ਹੋਰ ਪਾਸੇ ਦੇਖ ਲੈਂਦੇ, ਰਾਤ ਨੂੰ ਜੇ ਕੋਈ ਘੁੰਮਣ ਵਾਲੀ ਨਾਈਟ ਮਾਰਕੀਟ ਹੈਗੀ ਆ ਤਾਂ, ਹੈ ਨਾ। ਵੈਲਕਮ ਬੈਕ ਦੋਸਤੋ, ਆਪਾਂ ਪਹੁੰਚ ਚੁੱਕੇ ਹਾਂ ਇਸ ਵਕਤ ਚੰਗਮਾਏ ਦਾ ਜਿਹੜਾ ਬੱਸ ਟਰਮੀਨਲ 3, ਅਤੇ ਭਾਅ ਜੀ ਹੁਣਾਂ ਨੂੰ ਛੱਡਣ ਆ ਗਏ ਆਪਾਂ। ਅਤੇ ਉਹ ਬੱਸਾਂ ਦੇਖੋ ਬੜੀਆਂ ਜ਼ਬਰਦਸਤ ਬੱਸਾਂ, ਇਹਨਾਂ ਦੀਆਂ ਡਬਲ ਡੈਕਰ ਬੱਸਾਂ ਆ, ਸੀਟਾਂ ਵੀ ਬਹੁਤ ਜ਼ਿਆਦਾ ਵੱਡੀਆਂ। ਦੇਖੋ ਬੱਸ ਕਿੰਨੀ ਜ਼ਬਰਦਸਤ ਆ। ਲਾਓ ਲਾ ਨੋ ਨਾ ਵੀ ਸੀ ਲੁਆਂਗ ਆ ਨਾ।
ਮੇਰੀ ਵਾਈਫ ਨੇ ਦੱਸਿਆ ਕਿ ਆਪਣੇ ਚੈਂਗਮਾਏ ਤੋਂ ਲਾਓਸ ਵੀ ਬੱਸ ਜਾਂਦੀ ਆ ਲੁਆਂਗ, ਇਹ ਲਾਓਸ ਦੀ ਕੋਈ ਸਿਟੀ ਆ, ਉੱਥੇ ਜਾਂਦੀ ਆ ਬੱਸ। ਲਓ ਵੀ ਮਿੱਤਰੋ, ਆਹ ਹੈਗੀ ਭਾਜੀ ਹੁਣਾਂ ਦੀ ਬੱਸ, ਅਤੇ ਬੱਸ ਇਹ ਵੀ ਡਬਲ ਡੈਕਰ ਆ, ਇਹ ਜਾਣੀ ਹੈਗੀ ਆ ਇੱਥੋਂ ਚੈਂਗਮਾਏ ਤੋਂ ਜਾਣੀ ਨਖੋਨ ਰਾਤ ਸੀਮਾ ਤੱਕ ਜਾਣੀ ਆ। 7:07 ਹੋ ਗਿਆ, ਦੇਖ ਲਓ ਬੱਸ ਇਹਨਾਂ ਨੇ ਪਹਿਲਾਂ ਹੀ ਸਟਾਰਟ ਕਰਕੇ ਖੜੀ ਕੀਤੀ ਆ, ਕਿ ਕਈ ਲੋਕ ਪਹਿਲਾਂ ਆ ਜਾਂਦੇ, ਹੁਣ ਅੱਧਾ ਘੰਟਾ ਪਹਿਲਾਂ ਹੀ ਬੱਸ ਮਤਲਬ ਆ ਜਾਂਦੀ ਆ, ਅਤੇ ਬੱਸ ਇਹਨਾਂ ਨੇ ਸਟਾਰਟ ਕਰ ਦੇਣੀ, ਏਸੀ ਚਲਾ ਦੇਣਾ ਵੀ ਬੈਠੋ ਅੰਦਰ ਜਾ ਕੇ, ਹੈ ਨਾ। ਦੇਖੋ ਕੁਛ ਇਸ ਤਰ੍ਹਾਂ ਦੀਆਂ ਸੀਟਾਂ ਆ ਬੱਸ ਦੀਆਂ, ਉੱਪਰਲੀ ਸਾਈਡ ਵੀ ਸੀਟਾਂ ਆ, ਅਤੇ ਦੋਸਤੋ ਇਸ ਬੱਸ ਦੇ ਵਿੱਚ ਟੋਇਲਟ ਵੀ ਹੈਗੀ ਆ। ਭਾਜੀ ਦੱਸਦੇ ਆ ਕਿ ਇਹ ਪਾਣੀ ਵੀ ਦਿੰਦੇ ਆ ਅਤੇ ਸਨੈਕਸ ਵਗੈਰਾ ਖਾਣ ਨੂੰ ਵੀ ਦਿੰਦੇ ਆ, ਅਗਰ ਤੁਹਾਡਾ ਸਫ਼ਰ ਬਹੁਤ ਜ਼ਿਆਦਾ ਲੰਬਾ ਆ ਤਾਂ ਫਿਰ ਇਹ ਇੱਕ ਮੀਲ ਵੀ ਦਿੰਦੇ ਆ ਖਾਣ ਲਈ। ਬੱਸ ਫਿਰ ਰੁਕਦੀ ਨਹੀਂ ਭਾਜੀ ਕਿਤੇ ਵੀ, ਹੈ ਨਾ? ਨਹੀਂ ਨਹੀਂ ਰੁਕਦੇ ਆ, ਜਿੱਦਾਂ ਮਤਲਬ ਮੰਨ ਲਓ ਹਰ 2-3 ਘੰਟੇ 'ਚ, ਜਿੱਦਾਂ ਜਿੰਨਾ ਸਫ਼ਰ ਆ ਨਾ, ਜਿੱਦਾਂ ਮੰਨ ਲਓ 8 ਘੰਟੇ ਦਾ ਸਫ਼ਰ ਆ, ਅਤੇ 2 ਜਗ੍ਹਾ ਰੁਕਣਗੇ। ਓਕੇ, ਜਿੱਦਾਂ ਤੁਸੀਂ ਆ ਗੱਡੀ 'ਚ ਬੈਠੋਗੇ ਨਾ, ਆ ਤੁਹਾਨੂੰ ਸਨੈਕ ਦਿੰਦੇ ਆ, ਜਿੱਦਾਂ ਕਿ ਇੱਕ ਪਾਣੀ ਦੀ ਬੋਤਲ ਹੋ ਗਈ, ਅਤੇ ਇੱਕ ਬਿਸਕਿਟ ਦੇ ਹੋ ਗਿਆ ਖਾਣ ਵਾਸਤੇ, ਅਤੇ ਇੱਕ ਜੂਸ ਦਿੰਦੇ ਆ। ਦੇਖਿਆ ਮਿੱਤਰੋ ਤੁਸੀਂ ਕਿੰਨਾ ਵਧੀਆ ਸਿਸਟਮ ਆ ਇੱਥੇ, ਅਤੇ ਉਹ ਫ੍ਰੀ ਦਿੰਦੇ ਆ ਸਨੈਕਸ ਵਗੈਰਾ, ਅਤੇ ਜੇ ਲੰਬਾ ਸਫ਼ਰ ਆ ਤਾਂ ਮੀਲ ਵੀ ਫ੍ਰੀ ਦਿੰਦੇ ਆ, ਅਤੇ ਉਹ ਟਿਕਟ ਦੇ ਵਿੱਚ ਹੀ ਇਨਕਲੂਡ ਆ ਸਾਰਾ ਕੁਝ। ਭਾਅ ਜੀ ਮੈਂ ਤਾਂ ਹੈਰਾਨ ਹੋ ਗਿਆ ਇਹ ਗੱਲ ਦੇ ਕੇ। ਮਿੱਤਰੋ ਭਾਅ ਜੀ ਨੇ ਇੱਕ ਦੱਸਿਆ ਇੱਥੇ ਬੱਸਾਂ ਇੱਦਾਂ ਦੀਆਂ ਵੀ ਹੈਗੀਆਂ ਗੋਲਡ ਕਲਾਸ ਦੀਆਂ, ਉਹਦੀਆਂ ਸੀਟਾਂ ਮਸਾਜ ਵਾਲੀਆਂ ਆ, ਉਹ ਸੀਟਾਂ ਮਸਾਜ ਦਿੰਦੀਆਂ, ਭਾਵੇਂ ਸਾਰੀ ਵਾਰ ਤੁਸੀਂ ਮਸਾਜ ਲੈਂਦੇ ਜਾਓ, ਇੱਦਾਂ ਦੀਆਂ ਬੱਸਾਂ ਇੱਥੇ। ਭਾਅ ਜੀ ਤਾਂ ਇੱਥੇ ਰਹਿੰਦੇ, ਭਾਅ ਜੀ ਨੂੰ ਜ਼ਿਆਦਾ ਇੱਥੇ ਦਾ ਪਤਾ ਆ, ਹੈ ਨਾ? ਮੈਂ ਕਿਹਾ ਚਲੋ ਇਹ ਵੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਉ। ਫਿਰ ਮੌਕਾ ਮਿਲਿਆ ਬੱਸ ਦਾ ਸਫ਼ਰ ਵੀ ਕਰਾਂਗੇ ਥਾਈਲੈਂਡ ਦਾ, ਹੈ ਨਾ? ਐਕਸਪੀਰੀਅੰਸ ਇਹ ਵੀ ਲਵਾਂਗੇ ਵੀ ਕਿੱਦਾਂ ਦਾ ਐਕਸਪੀਰੀਅੰਸ ਰਹਿੰਦਾ, ਹੈ ਨਾ? ਚਲੋ ਠੀਕ ਆ ਫਿਰ, ਥੈਂਕ ਯੂ ਭਾਅ ਜੀ ਤੁਹਾਡਾ ਬਹੁਤ ਬਹੁਤ ਆਉਣ ਲਈ, ਹੈ ਸਾਨੂੰ ਜੁਆਇਨ ਕਰਨ ਲਈ, ਸਾਡੇ ਨਾਲ ਟ੍ਰਿਪ ਬਣਾਉਣ ਲਈ, ਹੈ ਨਾ? ਭਾਅ ਜੀ ਹੁਣੀ ਐਕਚੁਅਲੀ ਬਿਜੀ ਸੀਗੇ ਪਰ ਸਾਡੇ ਨੇ ਟਾਈਮ ਕੱਢਿਆ। ਭਾਅ ਜੀ ਨਾ, ਬਿਲਕੁਲ ਹਾਂਜੀ, ਕੋਈ ਗੱਲ ਨਹੀਂ ਭਾਅ ਜੀ, ਹੁਣ ਆਪਾਂ ਫੇਰ ਮਿਲਾਂਗੇ, ਹੈ ਫਿਰ ਅਸੀਂ ਹੁਣ ਇੱਕ ਮੋਟਰਸਾਈਕਲ ਰੈਂਟ 'ਤੇ ਲਵਾਂਗੇ, ਫਿਰ ਅਸੀਂ ਥੋੜ੍ਹਾ ਜਿਹਾ ਹੋਰ ਚੰਗਵੇਂ ਘੁੰਮ ਕੇ ਕੱਲ੍ਹ ਨੂੰ ਫਿਰ ਮਲੇਸ਼ੀਆ ਲਈ ਆਪਾਂ ਵੀ ਫਲਾਈ ਕਰ ਜਾਣਾ। ਠੀਕ ਹੈ ਫਿਰ ਮਿੱਤਰੋ, ਚਲੋ ਜੀ, ਚੰਗਾ ਜੀ, ਬੈਸਟ ਆਫ ਲੱਕ ਫੋਰ ਦਾ ਮਲੇਸ਼ੀਆ। ਥੈਂਕ ਯੂ ਭਾਅ ਜੀ, ਥੈਂਕ ਯੂ ਵੈਰੀ ਮਚ, ਸਿੰਗਾਪੁਰ, ਬਾਏ ਬਾਏ, ਬਾਏ ਬਾਏ, ਕਪੂ ਨਾ ਖਾਪ, ਥੈਂਕ ਯੂ ਫੋਰ ਕਮ, ਕੋਟ ਮੈ। ਠੀਕ ਆ ਭਾਅ ਜੀ, ਉਹਨਾਂ ਨੂੰ ਫਿਰ ਕਹਿੰਦੇ ਬਾਏ ਬਾਏ, ਬਲੌਗ ਦਾ ਵੀ ਐਂਡ ਇੱਥੇ ਹੀ ਕਰਦੇ ਆ ਫਿਰ, ਠੀਕ ਆ। ਸੈਡ ਮੂਵਮੈਂਟ, ਸੈਡ ਮੂਵਮੈਂਟ, ਚਲੋ ਜੀ ਭਾਅ ਜੀ ਹੁਣੇ ਤੁਹਾਡੇ ਚੱਲੇ, ਇਹਦੇ ਵਿੱਚ ਵੀ ਮਸਾਜ ਹੈਗੀ ਆ, ਹੈ ਇਹਦੇ ਵਿੱਚ ਵੀ ਮਸਾਜ ਹੈਗੀ ਆ? ਅੱਛਾ ਅੱਛਾ, ਠੀਕ ਹੈ, ਮੈਨੂੰ ਹੁਣੇ ਪਤਾ ਲੱਗਿਆ। ਚੇਨੇ ਵੋ ਇਨਫਲੋ, ਓ ਦੋਸਤੋ, ਹੁਣੇ ਹੁਣੇ ਸਾਡੀ ਉਹ ਭਾਈ ਸਾਹਿਬ ਨਾਲ ਗੱਲ ਹੋਈ ਜਿਹੜੇ ਆਪਣੇ ਡਰਾਈਵਰ ਆ, ਅਤੇ ਇੱਕੋ ਡਰਾਈਵਰ ਆ ਜਿਨ੍ਹਾਂ ਨੇ ਬੱਸ ਚਲਾਉਣੀ ਆ, ਕਹਿੰਦੇ ਨਹੀਂ 2 ਡਰਾਈਵਰ ਆ, ਇੱਕ ਅੰਦਰ ਸੌ ਰਹੇ ਆ ਅਤੇ ਇੱਕ ਨੇ ਬੱਸ ਹੁਣ ਚਲਾਉਣੀ ਆ, ਅਤੇ 6-6 ਘੰਟੇ ਦੀ ਸ਼ਿਫਟ ਹੁੰਦੀ ਕਹਿੰਦੇ ਇਹਨਾਂ ਦੀ। ਅਤੇ ਸਨੋਲਕ ਇੱਕ ਪ੍ਰੋਵਿੰਸ ਆ, ਉਹ ਸ਼ਹਿਰ ਆ, ਇੱਕ ਪ੍ਰੋਵਿੰਸ, ਇੱਕ ਸਟੇਟ ਆ, ਉੱਥੇ ਜਾ ਕੇ ਉਹਨਾਂ ਨੇ ਚੇਂਜ ਕਰਨੀ ਆ, ਇਨਫੋਰਮੇਸ਼ਨ ਲੈਣੀ ਸੀ, ਆਪਾਂ ਲੈ ਲਈਆਂ ਨਾ। ਅਤੇ ਇੱਕ ਗੱਲ ਮੈਂ ਦੇਖੀ ਦੋਸਤੋ, ਅਤੇ ਜਿਹੜਾ ਨਾ ਡਰਾਈਵਰ ਸੀਗਾ ਉਹਨਾਂ ਨੇ ਕੋਟ ਪੈਂਟ ਪਾਇਆ ਸੀਗਾ, ਅਤੇ ਇੱਕ ਕੇਅਰ ਟੇਕਰ ਹੁੰਦੇ ਆ ਉਹਨਾਂ ਨੇ ਏਅਰ ਹੋਸਟੇਸ ਵਰਗੇ ਕੱਪੜੇ ਪਾਏ ਸੀਗੇ, ਅਤੇ ਬਹੁਤ ਹੀ ਵਧੀਆ ਲੱਗਾ। ਹਰੇਕ ਬੱਸ 'ਚ ਇੱਦਾਂ ਹੀ ਤੁਹਾਨੂੰ ਮਿਲੇਗੀ, ਡਰਾਈਵਰ ਦੇ ਐਨ ਬਿਲਕੁਲ ਜਿੱਦਾਂ ਪਾਇਲਟ ਹੁੰਦਾ ਨਾ, ਉੱਦਾਂ ਸੂਟ ਪਾਇਆ ਹੁੰਦਾ ਉਹਨਾਂ ਨੇ। ਕੋਈ ਨਹੀਂ,
ਕਦੇ ਮੌਕਾ ਮਿਲਿਆ ਤਾਂ ਆਪਾਂ ਵੀ ਜ਼ਰੂਰ ਬੱਸ ਦਾ ਸਫ਼ਰ ਕਰਾਂਗੇ ਥਾਈਲੈਂਡ ਦੇ ਵਿੱਚ। ਚਲੋ ਫਿਰ ਭਾਅ ਜੀ ਹੁਣੀ ਚੱਲ ਗਏ ਅਤੇ ਥੋੜ੍ਹਾ ਜਿਹਾ ਬੈਡ ਜਿਹਾ ਫੀਲ ਹੋ ਰਿਹਾ ਹੁਣ, ਅਸੀਂ ਦੋਨੇ ਰਹਿ ਗਏ ਹਾਂ। ਚਲੋ ਕੋਈ ਨਹੀਂ, ਹੁਣ ਅਗਲਾ ਸਫ਼ਰ ਅਸੀਂ ਦੋਨੇ ਹੀ ਕਰਾਂਗੇ, ਠੀਕ ਨਹੀਂ। ਚਲੋ ਇਸ ਦੇ ਨਾਲ ਅਸੀਂ ਵੀ ਹੁਣ ਇੱਕ ਮੋਟਰਸਾਈਕਲ ਰੈਂਟ 'ਤੇ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਫਿਰ ਅਸੀਂ ਥੋੜ੍ਹਾ ਮੋਟਾ ਘੁੰਮਾਂਗੇ ਅਤੇ ਇੱਥੇ ਥੋੜ੍ਹਾ ਡਿਨਰ ਕਰਕੇ ਫਿਰ ਹੋਟਲ 'ਚ ਜਾ ਕੇ ਸੌਂ ਜਾਣਾ, ਠੀਕ ਆ। ਫਿਰ ਇੱਧਰੋਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ। ਥੈਂਕ ਯੂ ਸੋ ਮੱਚ, ਬਾਏ ਬਾਏ, ਸਤਿ ਸ਼੍ਰੀ ਅਕਾਲ। ข้าวอีมุกนุ่มไหมครับนุ่มค่ะโอเคครับคุณชื่ออะไรครับชื่อเจนค่ะเจนโอเคยินดีที่ได้รู้จักนะโอเคครับสวัสดีครับลูกพี่มิตรอาปะพอดกันเอร์พอร์ตเต10 मिनट ही लगे एयर एशिया का चेक इन ओपन है आर यू रेडी फॉर गो मलेशिया चलो चलिए मलेशिया फर्स्ट टाइम फॉर मी